ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕੋਰੋਨਾ ਵਾਇਰਸ, ਜਿਸ ਦੀ ਦਹਿਸ਼ਤ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੈ, ਤੇ ਇਸ ਦਹਿਸ਼ਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਡਰ ਪੂਰੀ ਤਰ੍ਹਾਂ ਨਾਲ ਬਣਾ ਲਿਆ ਹੈ, ਜਿਸ ਦੇ ਚੱਲਦੇ ਹੀ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ 11 ਦਿਨਾਂ ਤੋਂ ਪੰਜਾਬ ਦੇ ਵਿੱਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਤੇ ਸੋਸ਼ਲ ਡਿਸਟੈਂਸ ਬਣਾਉਣ ਨੂੰ ਵੀ ਕਿਹਾ ਹੋਇਆ ਹੈ। ਪਰ 11 ਦਿਨਾਂ ਤੋਂ ਚੱਲ ਰਹੇ ਇਸ ਕਰਫਿਊ ਦੇ ਵਿੱਚ ਮਾਨਵਤਾ ਦੀ ਚੇਨ ਬਣਾਉਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਸੀ, ਜੋ ਕਿ ਉਹਨਾਂ ਲੋਕਾਂ ਦੇ ਕੰਮ ਆ ਸਕਦੇ ਹੈ ਜੋ ਇਸ ਕਰਫਿਊ ਦੇ ਵਿੱਚ ਕੰਮ ਬੰਦ ਹੋਣ ਕਰਕੇ ਆਪਣੀ ਰੋਟੀ ਦਾ ਜੁਗਾੜ ਵੀ ਨਹੀਂ ਕਰ ਸਕਦੇ, ਅਤੇ ਜੇ ਇਹ ਚੇਨ ਨਾ ਬਣਦੀ ਤਾਂ ਉਹਨਾਂ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਣੀ ਸੀ। ਅਜਿਹੀ ਹੀ ਮਾਨਵਤਾ ਦੀ ਚੇਨ ਜ਼ਿਲ੍ਹਾ ਜਲੰਧਰ ਦੇ ਗੁਰਾਇਆ ਸ਼ਹਿਰ ਵਿੱਚ ਬਣਾਈ ਵਾਰਡ ਨੰਬਰ 7 ਦੀ ਕੌਂਸਲਰ ਅੰਜੂ ਅਟਵਾਲ ਦੇ ਪਤੀ ਸੰਜੇ ਅਟਵਾਲ ਨੇ, ਜਿਸ ਨੇ ਕਿ ਆਪਣੀ ਘਰਵਾਲੀ ਦੇ ਵਾਰਡ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਪਹਿਲੇ ਹੀ ਦਿਨ ਤੋਂ ਮਾਨਵਤਾ ਦੀ ਚੇਨ ਬਣਾਈ ਤੇ ਇਸ ਵਾਰਡ ਦੇ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ। ਇਸ ਮਾਨਵਤਾ ਦੀ ਚੇਨ ਦੇ ਚੱਲਦੇ ਹੀ ਅੱਜ ਵੀ ਸੰਜੇ ਅਟਵਾਲ ਵੱਲੋਂ ਗੁਰਾਇਆਂ ਦੇ ਵਾਰਡ ਨੰਬਰ 7 ਅਤੇ 6 ਦੇ ਵਿੱਚ ਰਾਸ਼ਨ ਵੰਡਿਆ ਗਿਆ, ਜਿਸ ਦੌਰਾਨ ਕਿ ਵਿਸ਼ੇਸ਼ ਤੌਰ 'ਤੇ ਹਲਕਾ ਫਿਲੌਰ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਚੌਧਰੀ ਵਿਕਰਮਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਉਣ ਦੀ ਅਪੀਲ ਵੀ ਕੀਤੀ। ਅੱਜ ਵਾਰਡ ਨੰਬਰ 7 ਵਿੱਚ ਅਤੇ ਵਾਰਡ ਨੰਬਰ 6 ਦੇ ਵਿੱਚ ਸ਼੍ਰੀ ਵਿਕਰਮ ਚੌਧਰੀ ਜੀ ਰਾਸ਼ਨ ਆਪਣੇ ਹੱਥੀਂ ਵੰਡ ਕੇ ਗਏ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਸਾਡੇ ਵਾਰਡ ਬਾਰੇ ਸੋਚਿਆ। ਮੈਂ ਆਮ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਪੈਨਿਕ ਨਾ ਹੋਵੋ, ਆਪਣੇ ਵਾਰਡ ਨੰਬਰ 6 ਔਰ 7 ਨੰਬਰ ਵਾਰਡ ਦਾ ਕੋਈ ਵੀ ਇਨਸਾਨ ਭੁੱਖਾ ਨਹੀਂ ਸੋਏਗਾ। ਇਹ ਮੈਂ ਸਾਰੇ ਵਾਰਡ ਵਾਸੀਆਂ ਨੂੰ ਪ੍ਰੋਮਿਸ ਕੀਤਾ ਆ ਅਤੇ ਇਹ ਪ੍ਰੋਮਿਸ ਨਿਭਾ ਵੀ ਰਿਹਾ ਹਾਂ। ਮੇਰੀ ਸਾਰਿਆਂ ਨੂੰ ਅਪੀਲ ਆ ਕਿ ਆਪਣੇ ਆਪਣੇ ਘਰਾਂ ਵਿੱਚ ਰਹੋ। ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤਿਹ। ਜੋ ਸਾਡੇ 7 ਵਾਰਡ 'ਚ ਅਤੇ 6 ਵਾਰਡ 'ਚ ਸਾਡੇ ਸੰਜੇ ਅਟਵਾਲ ਜੀ ਬਹੁਤ ਨਿਸ਼ਕਾਮ ਸੇਵਾ ਕਰਦੇ, ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਨਾਲ ਹੀ ਚੌਧਰੀ ਸਾਹਿਬ ਦਾ ਵੱਡੇ ਚੌਧਰੀ ਸੰਤੋਖ ਸਿੰਘ ਜੀ, ਵਿਕਰਮ ਚੌਧਰੀ ਜੀ, ਉਹਨੇ ਵੀ ਆਪਣੀ ਸਾਰਿਆਂ ਨੂੰ ਪ੍ਰੇਰਿਤ ਕੀਤਾ ਵੀ ਲੋੜਵੰਦ ਬੰਦਿਆਂ ਦੇ ਕੋਲ ਸਮਾਨ ਪਹੁੰਚਿਆ ਜਾਵੇ, ਸਾਰੇ ਪਹੁੰਚਦਾ ਵੀ ਆ। ਪਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਲੋੜੋਂ ਵੱਧ ਇਕੱਠਾ ਨਾ ਕਰੋ, ਨਾਲ ਦਿਆਂ ਦਾ ਵੀ ਸੋਚੋ। ਜਿਹੜਾ ਚੁੱਲ੍ਹੇ 'ਚ ਅੱਗ ਨਹੀਂ ਬਲਦੀ, ਜਿਹਨੇ ਕੋਲ ਦੁੱਧ ਹੈ ਨਹੀਂ, ਜਿਹਦੇ ਕੋਲ ਰਾਸ਼ਨ ਹੈ ਨਹੀਂ, ਇੱਕ ਡੰਗ ਦੀ ਰੋਟੀ ਹੈ ਨਹੀਂ, ਉਹਨਾਂ ਦਾ ਵੀ ਆਪਾਂ ਨੂੰ ਗੁਆਂਢੀ। ਮੈਂ ਸਾਰੇ ਤਕੜੇ ਬੰਦਿਆਂ ਨੂੰ ਵੀ ਜਿਹੜੇ ਸਰਦੇ ਪੁੱਜਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਆਪਣੇ ਆਪਣੇ ਦੋ ਦੋ ਚੌਂ ਚੌਂ ਘਰਾਂ ਦਾ ਆਪਣੇ ਆਲੇ ਆਲੇ ਦੁਆਲੇ ਖਰਾਬ ਖਿਆਲ ਰੱਖਣ, ਤਾਂ ਕਿ ਆਪਾਂ ਕਿਸੇ ਵੱਲ ਹੱਥ ਨਾ ਅੱਡੀਏ। ਤੁਹਾਨੂੰ ਲੋੜ ਨਹੀਂ ਹੈ, ਆਪਣੇ ਫਰਜ਼ ਨੂੰ ਸਮਝਦੇ ਹੋਏ ਜੋ ਆਪਾਂ ਮਿਸ਼ਨ ਆ ਸਾਡਾ ਪੀਰਾਂ ਪੈਗੰਬਰਾਂ ਦਾ ਗੁਰੂਆਂ ਦਾ, ਆਪਣੇ ਲੋਕਾਂ ਦੇ ਵਿੱਚ ਇਹ ਜਾਗਰਤੀ ਲਿਆਓ, ਸਾਰੇ ਜਣੇ ਆਪਣੇ ਆਪਣੇ ਗੁਆਂਢੀਆਂ ਆਂਢੀਆਂ ਦਾ ਖਿਆਲ ਰੱਖੋ। ਇੰਨਾ ਮੈਂ ਚੌਧਰੀ ਸਾਹਿਬ ਦਾ ਅਤੇ ਵਿਕਰਮ ਜੀ ਦਾ ਅਤੇ ਸੰਜੇ ਅਟਵਾਲ ਦਾ ਮੈਂ ਤਹਿ ਦਿਲੋਂ ਵੀ ਧੰਨਵਾਦੀ ਹਾਂ, ਜਿਹੜੀ ਆਪਣੇ ਕੋਲੋਂ ਪੈਸੇ ਖਰਚ ਕੇ ਆਮ ਲੋਕਾਂ 'ਤੇ ਇਹ ਨਹੀਂ ਪਹੁੰਚਦੇ ਕੀਤੀ ਆ। ਮੈਂ ਇਹਨਾਂ ਦਾ ਬਹੁਤ ਜੀਣੀ ਆ, ਇਹਨਾਂ ਵਰਗਿਆਂ ਬੰਦਿਆਂ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਆ। ਅਤੇ ਮੈਂ ਦਿਲੋਂ ਧੰਨਵਾਦੀ ਹਾਂ ਵੀ ਜਿਹੜਾ ਮੇਰੇ ਕੋਲ ਲਫਜ਼ ਨਹੀਂ ਜਿਹਨਾਂ ਦਾ, ਮੈਂ ਇਹਦਾ ਧੰਨਵਾਦੀ। ਇਹ ਕਈਆਂ ਦਿਨਾਂ ਤੋਂ ਆਪਣੀ ਨਿਸ਼ਕਾਮ ਸੇਵਾ ਕਰਦੇ ਆ, ਇੱਦਾਂ ਦੀ ਪ੍ਰੇਰਨਾ ਨਾਲ ਸਾਰੇ ਬੰਦੇ ਜਿਹੜੇ ਸਰਦੇ ਪੁਰਜੇ ਆ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾਉਣ।
ਤਾਂ ਕਿ ਆਪਣਾ ਸਮਾਜ ਦੇ ਵਿੱਚ ਕੋਈ ਢਿੱਡੋ ਭੁੱਖਾ ਨਾ ਸੌਂਵੇ, ਕੋਈ ਕਿਸੇ ਸਿਲੰਡਰ ਤੋਂ ਨਾ ਵਾਂਝਾ ਰਹਿ ਜਾਏ, ਕੋਈ ਕਿਸੇ ਕਿਸਮ ਦੀ ਤਕਲੀਫ ਨਾ ਆਵੇ। ਕੋਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਗਰੀਬ ਭੈਣ ਭਰਾ ਨੇ, ਜਿਨ੍ਹਾਂ ਨੂੰ ਕਰਫਿਊ ਦੇ ਕਾਰਨ, ਜਿਨ੍ਹਾਂ ਨੂੰ ਪਿਛਲੇ ਕੁਛ ਦਿਨਾਂ ਤੋਂ ਬਹੁਤ ਔਖਿਆਈ ਆ ਰਹੀ ਹੈ, ਜਿਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ, ਸਾਡੇ ਜਿਹੜੇ BPL ਕਾਰਡ ਹੋਲਡਰਸ ਨੇ, ਸਾਡੇ ਜਿਹੜੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਮਿਹਨਤ ਕਰਕੇ ਰੋਜ਼ ਮਿਹਨਤ ਦੀ ਕਮਾਈ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸੀ, ਚਾਹੇ ਉਹ ਲੇਬਰ ਹੈ, ਚਾਹੇ ਉਹ ਡੇਲੀ ਵੇਜਸ ਲੈਣ ਵਾਲੇ ਲੋਕ ਨੇ, ਉਹਨਾਂ ਵਾਸਤੇ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਸਾਹਿਬ ਦੀ ਜਿਹੜੀ ਕਾਂਗਰਸ ਦੀ ਸਰਕਾਰ ਹੈ, ਉਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਕੋਈ ਵੀ ਘਰ, ਕੋਈ ਵੀ ਐਸਾ ਵਿਅਕਤੀ ਅਨਾਜ ਤੋਂ ਬਗੈਰ ਨਾ ਰਹਿ ਜਾਏ, ਕੋਈ ਭੁੱਖਾ ਨਾ ਸੌਵੇ। ਤਾਂ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ, ਪੂਰਾ ਪ੍ਰਸ਼ਾਸਨ, ਵੋਲੰਟੀਅਰਸ ਔਰ ਵੱਖ ਵੱਖ ਜਿਹੜੇ ਸੰਸਥਾਵਾਂ ਨੇ, ਚਾਹੇ ਉਹ ਧਾਰਮਿਕ ਸੰਸਥਾਵਾਂ ਨੇ, ਉਹ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਔਰ ਇੱਕ ਮੈਸੇਜ ਦੇ ਰਹੇ ਨੇ ਕਿ ਜਿਹੜਾ ਇੱਕ ਕਰਫਿਊ ਲਾਇਆ ਹੈ ਉਹਦੇ ਵਿੱਚ ਸਭ ਤੋਂ ਜਿਹੜਾ ਅਹਿਮ ਰੋਲ ਹੈ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ, ਜਿਹੜਾ ਦੂਰ ਰਹਿਣਾ, ਆਪਣੇ ਘਰ ਦੇ ਵਿੱਚ ਰਹਿਣਾ, ਬਾਹਰ ਨਹੀਂ ਆਉਣਾ, ਉਸ ਨੂੰ ਮੈਂਟੇਨ ਕਰਨਾ ਬਹੁਤ ਜ਼ਰੂਰੀ ਹੈ। ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ, ਮੁੱਖ ਮੰਤਰੀ ਸਾਹਿਬ, ਪੂਰੀ ਸਰਕਾਰ ਤੁਹਾਡੇ ਸੇਵਾ ਵਿੱਚ ਹਾਜ਼ਰ ਹੈ ਔਰ ਬਾਰ ਬਾਰ ਉਹ ਵੀ ਕਹਿ ਰਹੇ ਨੇ, ਸੋਸ਼ਲ ਮੀਡੀਆ ਰਾਹੀਂ ਕਹਿ ਰਹੇ ਨੇ ਕਿ ਘਰਾਂ ਵਿੱਚ ਰਹਿਣਾ ਹੈ, ਬਾਹਰ ਨਹੀਂ ਜਾਣਾ, ਔਰ ਕਿਉਂਕਿ ਇਸ ਜਿਹੜੀ ਬਿਮਾਰੀ ਹੈ, ਜਿਹੜੀ ਕਰੋਨਾ ਵਾਇਰਸ, ਜਿਹੜਾ COVID-19, ਇਹਦਾ ਕੋਈ ਇਲਾਜ ਨਹੀਂ ਹੈ, ਇਹਦਾ ਇੱਕ ਪ੍ਰੀਕੋਸ਼ਨ ਹੈ ਜਿਹੜਾ ਸਾਡੇ ਸੂਬੇ ਨੂੰ ਦੇਖ ਕੇ ਪੂਰੇ ਹਿੰਦੁਸਤਾਨ ਵਿੱਚ ਇਹ ਲੋਕਡਾਊਨ ਹੋਇਆ ਹੈ। ਅਸੀਂ ਮੁੱਖ ਮੰਤਰੀ ਪੰਜਾਬ ਕੈਪਟਨ ਸਾਹਿਬ ਦਾ ਧੰਨਵਾਦ ਕਰਦੇ ਰਹਿਣੀ ਹੈ ਕਿ ਉਹਨਾਂ ਨੇ ਇਹ ਕਦਮ ਸਭ ਤੋਂ ਪਹਿਲਾਂ ਉਠਾਇਆ ਔਰ ਅੱਜ ਉਹਨਾਂ ਦੀ ਸਰਕਾਰ ਦੇ ਹਰ ਮਹਿਕਮੇ ਦਾ ਹਰ ਮੁਲਾਜ਼ਮ ਇਸ ਨੂੰ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਨੇਕ ਕੰਮ ਕਰ ਰਿਹਾ ਹੈ। ਮੈਂ ਜਿੱਥੇ CM ਸਾਹਿਬ ਦਾ ਧੰਨਵਾਦ ਕਰਦਾ, ਉੱਥੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕੈਪਟਨ ਸਾਹਿਬ ਦੀ ਸਰਕਾਰ, ਪੰਜਾਬ ਦੇ ਵਿੱਚ ਐਸਾ ਕੋਈ ਵਿਅਕਤੀ ਕਿਤੇ ਤੁਹਾਨੂੰ ਦਿਖਦਾ ਹੈ ਜਿਸ ਨੂੰ ਕੋਈ ਸਹੂਲਤ ਦੀ ਜ਼ਰੂਰਤ ਹੈ, ਉਹਦੇ ਬਾਰੇ ਆਪਣੇ ਲੋਕਲ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਦੱਸਿਆ ਜਾਵੇ ਜਾਂ ਜਿਹੜੇ ਸਾਡੇ ਇਲੈਕਟਿਡ ਨੁਮਾਇੰਦੇ ਨੇ ਉਹਨਾਂ ਨੂੰ ਦੱਸਿਆ ਜਾਵੇ, ਤਾਂ ਕਿ ਕਿਸੇ ਦੇ ਘਰ ਵੀ ਐਸਾ ਨਾ ਹੋਵੇ ਵੀ ਸਹੂਲਤ ਨਾ ਪਹੁੰਚੇ। ਔਰ ਮੈਂ ਅਪੀਲ ਵੀ ਕਰੂੰਗਾ ਜਿਹੜੇ ਸਾਡੇ ਸਾਥੀ ਜਿਨ੍ਹਾਂ ਦਾ ਚੰਗਾ ਕਾਰੋਬਾਰ ਹੈ, ਜਿਨ੍ਹਾਂ ਦੇ ਬਿਜ਼ਨਸਿਸ ਨੇ, ਜਿਨ੍ਹਾਂ ਕੋਲ ਇੱਕ ਸ਼ਮਤਾ ਹੈ, ਜਿਨ੍ਹਾਂ ਕੋਲ ਇਹ ਰੱਬ ਨੇ ਉਹਨਾਂ 'ਤੇ ਮਿਹਰ ਕੀਤੀ ਹੈ ਕਿ ਉਹ ਕਿਸੇ ਦੀ ਮਦਦ ਕਰ ਸਕਦੇ ਆ, ਇਸ ਔਖੀ ਘੜੀ 'ਚ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਜੋ ਵੀ ਆਪਣੇ ਵੱਲੋਂ ਬਣ ਸਕਦਾ ਹੈ ਉਹ ਲੋੜਵੰਦ ਲੋਕਾਂ ਨੂੰ ਤੁਸੀਂ ਦਿਓ ਔਰ ਖਾਸ ਤੌਰ ਕਰਕੇ ਜਿਹੜੇ ਸਾਡੇ ਪ੍ਰਵਾਸੀ ਸਾਥੀ ਨੇ ਜਿਹੜੇ ਆ ਕੇ ਇੱਥੇ ਖੇਤਾਂ ਵਿੱਚ ਕੰਮ ਕਰਦੇ ਨੇ, ਫੈਕਟਰੀਆਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਵੀ ਤੁਸੀਂ ਜਿੱਥੇ ਵੀ ਤੁਹਾਨੂੰ ਕੋਈ ਦਿਖਦਾ ਹੈ, ਜਿੱਥੇ ਤੁਹਾਨੂੰ ਪਤਾ ਲੱਗਦਾ ਹੈ ਕਿ
ਉਸ ਨੂੰ ਉਹਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਉਸ ਨੂੰ ਖਾਣ ਪੀਣ ਵਾਸਤੇ ਅਨਾਜ ਚਾਹੀਦਾ, ਉਹ ਸਾਡੀ ਪ੍ਰਸ਼ਾਸਨ ਨੂੰ ਤੁਸੀਂ ਸਾਡੇ ਨੁਮਾਇੰਦਿਆਂ ਨੂੰ ਤੁਸੀਂ ਇਨਫੋਰਮ ਕਰੋ, ਅਸੀਂ ਉਹ ਮੰਨਦੀ ਹੋਈ ਜਿਹੜੀ ਵੀ ਸਹੂਲਤ ਹੈ ਉੱਥੇ ਪਹੁੰਚਦੀ ਕਰਾਂਗੇ।